બસ ਸਟੈਂਡ 'ਚ ਪੁਲਿਸ ਮੁਲਾਜ਼ਮਾਂ ਤੇ ਹਤਕੜੀ ਵਾਲੇ ਕੈਦੀ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਜਲੰਧਰ ਦੇ ਬਸ ਸਟੈਂਡ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਵੀਡੀਓ ਬਣਾਉਣ ਵਾਲਾ ਵਿਅਕਤੀ ਇਹ ਕਹਿ ਰਿਹਾ ਹੈ ਕਿ ਪੁਲਿਸ ਅਧਿਕਾਰੀ ਨਾਲ ਖੜਾ ਕੈਦੀ ਹਤਕੜੀ ਖੋਲ ਕੇ ਬਾਹਰ ਜਾ ਰਿਹਾ ਹੈ। ਉੱਥੇ ਹੀ ਦੂਜੇ ਵੀਡੀਓ ਚ ਪੁਲਿਸ ਅਧਿਕਾਰੀ ਦੇ ਕੋਲ ਸ਼ਰਾਬ ਦੀ ਬੋਤਲ ਵੀ ਪਈ ਦਿਖਾਈ ਦੇ ਰਹੀ ਹੈ ਤੇ ਸੰਬੰਧੀ ਜਦੋਂ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਵੀਡੀਓ ਜਲੰਧਰ ਲੁਧਿਆਣਾ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਹੈ ਇਹ ਸਭ ਕੁਝ ਪੜਤਾਲ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ ਤੇ ਹੋਰ ਕੀ ਕਹਿਣਾ ਉਹ ਤੁਸੀਂ ਆਪ ਸੁਣੋ ਵੀਡੀਓ ਵਾਇਰਲ ਹੋ ਰਹੀ ਹੈ ਬੱਸ ਅੱਡੇ ਦੀ ਪੁਲਿਸ ਮੁਲਾਜ਼ਮ ਹੈ ਤੇ ਉਹਦੇ ਨਾਲ ਹੱਥ ਖੜੀ ਬੰਨਿਆ ਹੋਇਆ ਕੈਦੀ ਹੈ ਜਿਹੜਾ ਕਿ ਦੋਨੋਂ ਸ਼ਰਾਬ ਪਿੰਦੇ ਵੀਡੀਓ ਹੈ ਵਾਇਰਲ ਹੋ ਰਹੀ ਹੈ ਕਿ ਮਾਮਲਾ ਹੈ ਉਹ ਜੇ ਪਤਾ ਨਹੀਂ ਸਾਨੂੰ ਕੋਈ ਜ਼ਿਆਦਾ ਲਗਾ ਪਹਿਰੇ ਪਤਾ ਕਰਦੇ ਆਂ ਵੀ ਜਲੰਧਰ ਦੀ ਹੈ ਜਾਂ ਲੁਧਿਆਣਾ ਦੀ ਹੈ ਜਾਂ ਪਟਿਆਲਾ ਕਿਹੜੇ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਹੈ ਉਹ ਵੈਰੀਫਾਈ ਕਰਦੇ ਹਾਂ ਜੀ ਵੀਡੀਓ ਤਾਂ ਜਲੰਧਰ ਜ਼ਿਲ੍ਹੇ ਦੀ ਜਲੰਧਰ ਦੇ ਬੱਸ ਸਟੈਂਡ ਦੀ ਹੈ ਉਹਨੂੰ ਜਿੱਥੋਂ ਦੀ ਵੈਰੀਫਾਈ ਕਰ ਲੈਣੇ ਸਾਡੇ ਤੱਕ ਅਜੇ ਤੱਕ ਕੋਈ ਹੋਜੀ ਗੱਲਬਾਤ ਨਹੀਂ ਹੈ ਰਿਪੋਰਟ ਦ ਪਬਲਿਕ ਟਾਈਮਸ ਬਸ ਸਟੈਂਡ 'ਚ ਪੁਲਿਸ ਮੁਲਾਜ਼ਮ ਅਤੇ ਹਤਕੜੀ ਵਾਲੇ ਕੈਦੀ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਜਲੰਧਰ ਦੇ ਬਸ ਸਟੈਂਡ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਵੀਡੀਓ ਬਣਾਉਣ ਵਾਲਾ ਵਿਅਕਤੀ ਇਹ ਕਹਿ ਰਿਹਾ ਹੈ ਕਿ ਪੁਲਿਸ ਅਧਿਕਾਰੀ ਨਾਲ ਖੜਾ ਕੈਦੀ ਹਤਕੜੀ ਖੋਲ ਕੇ ਬਾਹਰ ਜਾ ਰਿਹਾ ਹੈ। ਉੱਥੇ ਹੀ ਦੂਜੇ ਵੀਡੀਓ ਚ ਪੁਲਿਸ ਅਧਿਕਾਰੀ ਦੇ ਕੋਲ ਸ਼ਰਾਬ ਦੀ ਬੋਤਲ ਵੀ ਪਈ ਦਿਖਾਈ ਦੇ ਰਹੀ ਹੈ ਤੇ ਸੰਬੰਧੀ ਜਦੋਂ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਵੀਡੀਓ ਜਲੰਧਰ ਲੁਧਿਆਣਾ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਹੈ ਇਹ ਸਭ ਕੁਝ ਪੜਤਾਲ ਕਰਨ ਤੋਂ ਬਾਅਦ ਹੀ ਦੱਸ ਸਕਦੇ ਆਂ ਤੇ ਹੋਰ ਕੀ ਕਹਿਣਾ ਉਹ ਤੁਸੀਂ ਆਪ ਸੁਣੋ ਵੀਡੀਓ ਵਾਇਰਲ ਹੋ ਰਹੀ ਹੈ ਬੱਸ ਅੱਡੇ ਦੀ ਪੁਲਿਸ ਮੁਲਾਜ਼ਮ ਹੈ ਤੇ ਉਹਦੇ ਨਾਲ ਹੱਥ ਖੜੀ ਬੰਨਿਆ ਹੋਇਆ ਕੈਦੀ ਹੈ ਜਿਹੜਾ ਕਿ ਦੋਨੋਂ ਸ਼ਰਾਬ ਪਿੰਦੇ ਵੀਡੀਓ ਹੈ ਵਾਇਰਲ ਹੋ ਰਹੀ ਹੈ ਕਿ ਮਾਮਲਾ ਹੈ ਉਹ ਜੇ ਪਤਾ ਨਹੀਂ ਸਾਨੂੰ ਕੋਈ ਜ਼ਿਆਦਾ ਲਗਾ ਫਿਰ ਇਹ ਪਤਾ ਕਰਦੇ ਆਂ ਵੀ ਜਲੰਧਰ ਦੀ ਹੈ ਜਾਂ ਲੁਧਿਆਣਾ ਦੀ ਹੈ ਜਾਂ ਪਟਿਆਲਾ ਕਿਹੜੇ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਹੈ ਉਹ ਵੈਰੀਫਾਈ ਕਰਦੇ ਹਾਂ ਜੀ ਵੀਡੀਓ ਤਾਂ ਜਲੰਧਰ ਜ਼ਿਲ੍ਹੇ ਦੀ ਜਲੰਧਰ ਦੇ ਬੱਸ ਸਟੈਂਡ ਦੀ ਹੈ ਕੋਈ ਨਹੀਂ ਇੱਥੋਂ ਦੇ ਵੈਰੀਫਾਈ ਕਰ ਲੈਣੇ ਸਾਡੇ ਤੱਕ ਜਿੰਨਾ ਤੱਕ ਕੋਈ ਹੋਜੀ ਗੱਲਬਾਤ ਨਹੀਂ ਵੀ ਰਿਪੋਰਟ ਦ ਪਬਲਿਕ ਟਾਈਮਸ બસ ਸਟੈਂਡ 'ਚ ਪੁਲਿਸ ਮੁਲਾਜ਼ਮਾਂ ਤੇ ਹਤਕੜੀ ਵਾਲੇ ਕੈਦੀ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਜਲੰਧ ਦੇ ਬਸ ਸਟੈਂਡ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਵੀਡੀਓ ਬਣਾਉਣ ਵਾਲਾ ਵਿਅਕਤੀ ਇਹ ਕਹਿ ਰਿਹਾ ਹੈ ਕਿ ਪੁਲਿਸ ਅਧਿਕਾਰੀ ਨਾਲ ਖੜਾ ਕੈਦੀ ਹਤਕੜੀ ਖੋਲ ਕੇ ਬਾਹਰ ਜਾ ਰਿਹਾ ਹੈ ਉੱਥੇ ਹੀ ਦੂਜੇ ਵੀਡੀਓ ਚ ਪੁਲਿਸ ਅਧਿਕਾਰੀ ਦੇ ਕੋਲ ਸ਼ਰਾਬ ਦੀ ਬੋਤਲ ਵੀ ਪਈ ਦਿਖਾਈ ਦੇ ਰਹੀ ਹੈ ਤੇ ਸੰਬੰਧੀ ਜਦੋਂ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਵੀਡੀਓ ਜਲੰਧਰ ਲੁਧਿਆਣਾ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਹੈ ਇਹ ਸਭ ਕੁਝ ਪੜਤਾਲ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ ਤੇ ਹੋਰ ਕੀ ਕਹਿਣਾ ਹੈ ਉਹ ਤੁਸੀਂ ਆਪ ਸੁਣੋ ਵੀਡੀਓ ਵਾਇਰਲ ਹੋ ਰਹੀ ਹੈ ਬੱਸ ਅੱਡੇ ਦੀ ਪੁਲਿਸ ਮੁਲਾਜ਼ਮ ਹੈ ਤੇ ਉਹਦੇ ਨਾਲ ਹੱਥ ਖੜੀ ਬੰਨਿਆ ਹੋਇਆ ਕੈਦੀ ਹੈ ਜਿਹੜਾ ਕਿ ਦੋਨੋਂ ਸ਼ਰਾਬ ਪਿੰਦੇ ਵੀਡੀਓ ਹੈ ਵਾਇਰਲ ਹੋ ਰਹੀ ਹੈ ਕਿ ਮਾਮਲਾ ਹੈ ਉਹ ਜੇ ਪਤਾ ਨਹੀਂ ਸਾਨੂੰ ਕੋਈ ਜ਼ਿਆਦਾ ਲਗਾ ਪਹਿਰੇ ਪਤਾ ਕਰਦੇ ਆਂ ਵੀ ਜਲੰਧਰ ਦੀ ਹੈ ਜਾਂ ਲੁਧਿਆਣਾ ਦੀ ਹੈ ਜਾਂ ਪਟਿਆਲਾ ਕਿਹੜੇ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਹੈ ਉਹ ਵੈਰੀਫਾਈ ਕਰਦੇ ਹਾਂ ਜੀ ਵੀਡੀਓ ਤਾਂ ਜਲੰਧਰ ਜ਼ਿਲ੍ਹੇ ਦੀ ਜਲੰਧਰ ਦੇ ਬੱਸ ਸਟੈਂਡ ਦੀ ਹੈ ਉਹਨੂੰ ਜਿੱਥੋਂ ਦੀ ਵੈਰੀਫਾਈ ਕਰ ਲੈਣ ਸਾਡੇ ਤੱਕ ਅਜੇ ਤੱਕ ਕੋਈ ਹੋਜੀ ਗੱਲਬਾਤ ਨਹੀਂ ਵੀ ਰਿਪੋਰਟ ਦ ਪਬਲਿਕ ਟਾਈਮਸ